ha 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 वाह वो कोठे तो डिग गए आ हाय कोठे चाल मारी कोठे तो चाल नहीं मारी कौन है तू बाबे दे टारगेट बाबे ने टारगेट अचीव कीता है यस तुसी दुनिया दी जेड़ी मर्जी खुड च बड़ जाओ बाबे तुहानू लब लेणगे क्योंकि बाबी इंज दीयां चीजां लब लेंदे ने ओ जोगी लेकिन सप सप जिदे डंग ना बंदा नहीं मरदा कुत्ता नहीं होंदी गल की है मैं कम जाना गल की है किधर आ गया तू बगैर पुछे घर आ गया कौन तू जोगी तो बगैर पुछे आ जाते बंदे कहते ने चलो यार बदल आ गए ਪਿੰਡੋਂ ਨਿਕਲ ਆਇਆ ਤੂੰ ਜੀ ਕਿੰਨੇ ਵਜੇ ਨਿਕਲਿਆ ਕਿੰਨੇ ਵਜੇ ਨਿਕਲਿਆ ਜੋਗੀ ਸਾਧੂ ਸੰਤ ਫਕੀਰ ਨੇ ਬਾਬੇ ਪਹੁੰਚੇ ਬਾਬੇ ਨੇ ਬਾਬੇ ਨਿਕਲਦੇ ਨਹੀਂ ਮੈਂ ਅੰਦਾਜ਼ਾ ਲਾਉਣਾ ਕਿ ਤੂੰ ਵਾਪਸ ਵੀ ਜਾ ਸਕਣਾ ਪਿੰਡ ਕਿ ਨਹੀਂ ਕਿੰਨੇ ਵਜੇ ਨਿਕਲਿਆ ਹਾਂ ਹਾਂ ਕੀ ਕਹੇ ਨੇ ਮੈਂ ਅਮਾਨਤ ਚੰਨ ਕੋਲ ਆਇਆ ਕਿ ਆਇਨਸਟਾਈਨ ਕੋਲ ਆ ਕੇ ਬਹਿ ਗਿਆ ਓਏ ਇਹਦਾ ਮਤਲਬ ਤੂੰ ਵੀ ਮੈਨੂੰ ਪਛਾਣ ਲਿਆ ਲਿਆ ਯਾਰ ਚਾਹ ਲਿਆ ਯਾਰ ਤੇਰੇ ਬਹਾਨੇ ਮੈਂ ਵੀ ਪੀ ਲਾਂਗਾ ਯਾਰ ਮੈਨੂੰ ਵੀ ਨਹੀਂ ਦਿੰਦੇ ਚਾਹ ਵਾਹ 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 ਹੋਰ ਕੀ ਯਾਨੀ ਕਿ ਤੁਸੀਂ ਵੀ ਜੋਗੀ ਹੋ ਜੋਗੀ ਤੂੰ ਇਹ ਇਸ ਤਰ੍ਹਾਂ ਹੀ ਆਉਂਦਾ ਹਰ ਵੇਲੇ ਲੱਗਦਾ ਜੀ ਮੀਂਹ ਪੈਣ ਡਿਆ ਹੈ ਬਾਬੀ ਖੁਸ਼ ਨੇ ਨਾ ਆਪਣੀ ਗੁਰਬਤ ਤੋਂ ਮੁਤਮਈਨ ਨੇ ਇਸ ਲਈ ਬਾਬਾ ਹਾ ਕਰਦਾ ਰਹਿੰਦਾ ਸੁੱਤਾ ਪਿਆ ਤਾਂ ਨਹੀਂ ਕਰਦਾ ਕਿਤੇ ਹੱਦ ਹੋ ਗਈ ਇਹ ਸੁੱਤਾ ਪਿਆ ਤਾਂ ਨਹੀਂ ਕਰਦਾ ਨਹੀਂ ਲੱਗਦਾ ਤੇਰੇ ਹਰ ਵੇਲੇ ਪੈਰ ਸੜਦੇ ਰਹਿੰਦੇ ਨੇ ਹੈ ਸੁੱਤਾ ਪਿਆ ਬਾਬਾ ਹਾ ਕਰੇ ਇਲਜ਼ਾਮ ਤੁਹਾਡੇ ਤੇ ਲੱਗ ਜਾਵੇ ਤੇ ਮੰਨੋ ਜੋਗੀ ਆ ਤੇਰਾ ਹੀ ਕਮਾਲ ਆਹ ਬੜਾ ਸਸਤੇ ਟਮਾਟਰ ਵਰਗਾ ਮੂੰਹ ਤੇਰਾ ਕਾ ਕਹੇ ਨੇ ਇਹ ਨਹੀਂ ਜਰਾ ਬੜਾ ਮਹਿੰਗੇ ਬਤਾਉਂ ਵਰਗਾ ਮੂੰਹ ਬੜੀ ਗੱਲ ਹੈ 33-10 ਦੀ ਬੈਟਰੀ ਹੁੰਦੀ ਤੇ ਸੜੀ ਹੁੰਦੀ ਹੈ ਤੰਦੂਰ ਲੱਗਾ ਹੋਇਆ ਤੂੰ ਮੈਂ ਆਪਣਾ ਵੀ ਮਜ਼ਾ ਨਾ ਲਵਾਂ ਹੈ ਕੀ ਗੱਲ ਕੀ ਗੱਲ ਕੀ ਗੱਲ ਬਾਬੇ ਤੇ ਏਡੀਆਂ ਪਾਬੰਦੀਆਂ ਇਹ ਜਮਹੂਰੀ ਦੌਰ ਹੈ ਇਹਦੇ ਤੇ ਕੋਈ ਪਾਬੰਦੀਆਂ ਨਹੀਂ ਜੋ ਮਰਜ਼ੀ ਜਿੰਨਾ ਮਰਜ਼ੀ ਖੁੱਲ ਕੇ ਹੱਸੋ ਸ਼ੁਰੂ ਤੋਂ ਜੋਗੀ ਹੈ ਕਿ ਹਾਲਾਤ ਇਹੋ ਜਿਹੇ ਫਿਰ ਜੋਗੀ ਹੈ ਹਾਲਾਤ ਬੜੇ ਬੜਿਆਂ ਨੇ ਜੋਗੀ ਕਰ ਦਿੰਦੇ ਨੇ ਓਏ ਹੋਏ ਹੋਏ ਹਾਲਾਤ ਐਸਾ ਜੋਗੀ ਕਰਦੇ ਨੇ ਕਿ ਬੰਦਾ ਫਿਰ ਬਾਨੇ ਲਾ ਕੇ ਲੰਡਨ ਪਹੁੰਚਦਾ ਵਾਹ ਜੀ ਵਾਹ ਬੜੇ ਬੜੇ ਸੱਪ ਫੜੇ ਤੁਸੀਂ ਜੋਗੀ ਸਾਧੂ ਸੰਤ ਫਕੀਰ ਕੋਈ ਸੱਪ ਗਲ ਵੀ ਪਿਆ ਤੁਹਾਡੇ ਕਿ ਨਹੀਂ ਕਦੀ ਕੋਈ ਡਾਢਾ ਸੱਪ ਵੀ ਮਿਲ ਗਿਆ ਕਿ ਨਹੀਂ ਉਹ ਡਾਢਾ ਸੱਪ ਮਿਲ ਗਿਆ ਨਾ ਅੱਛਾ ਫਿਰ ਉਹਦੇ ਨਾਲ ਹਾਸੇ ਖੇਡੇ 'ਚ ਹੀ ਵਕਤ ਗੁਜ਼ਰ ਗਿਆ ਅੱਛਾ 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 ਕੈਸਾ ਹੈ ਕੈਸਾ ਕੀ ਕੈਸਾ ਤੂੰ ਇੰਜ ਕਹਿੰਦੇ ਜਿਵੇਂ ਮੈਨੂੰ ਫਲੂਦਾ ਖਵਾਇਆ ਤੂੰ ਕੈਸਾ ਹੈ ਹੈ ਕਿਆ ਕਹਿਨੇ ਕਿਆ ਕਹਿਨੇ ਬੜਾ ਸਪੋਰਟਸਮੈਨ ਵਾਲਾ ਡਰੈਸ ਪਾਇਆ ਕੀ ਗੱਲ ਹੈ ਕ੍ਰਿਕਟ ਦੇ ਨਾਲ ਵੀ ਕੋਈ ਤਾਲੁਕ ਹੈ ਆਪਣਾ ਹਾਂ ਤੁਸੀਂ ਉਹ ਤੇ ਨਹੀਂ ਜਿਹੜੇ ਐਂਡ ਤੇ ਤੌਲੀਆਂ ਫੜਾਉਣ ਜਾਂਦੇ ਮੈਂ ਕ੍ਰਿਕਟਰਾਂ ਦੇ ਸਿਗਰ ਲਿਆਉਣਾ ਬੁੜੀ ਕ੍ਰਿਕਟ ਖੇਡੀ ਮੈਂ ਲਓ ਜੀ ਕ੍ਰਿਕਟਰ ਫਾਸਟ ਬੋਲਰ ਸਾਂ ਮੈਂ ਤੁਸੀਂ ਨਹੀਂ ਵੀ ਫੜੇ ਜਾਣਾ ਤੇ ਫੜੇ ਜਾਓਗੇ ਤੂੰ ਤਾਂ ਕੈਮਰਾ ਸਿੱਧਾ ਕਾਦੀ ਤੇਰੀ ਕਮੇਟੀ ਨਿਕਲੀ ਤੈਨੂੰ ਹਾਸੇ ਚੜੇ ਨੇ ਦੁਨੀਆ ਭੁੱਖੀ ਮਰਨੀ ਤੈਨੂੰ ਹਾਸੇ ਚੜੇ ਰਹੇ ਅਸੀਂ ਜਾ ਰਹੇ ਹਾਂ ਮੈਂ ਇਸੇ ਗੱਲ ਤੋਂ ਹੀ ਹੱਸ ਰਿਹਾ ਵਾਂ ਉਹ ਜਿੰਨਾ ਸਭ ਤੋਂ ਜ਼ਿਆਦਾ ਵੋਟ ਪਾਏ ਸਨ ਨਾ ਉਹ ਹੀ ਭੁੱਖੇ ਮਰ ਰਹੇ ਵਾਹ ਜੀ ਵਾਹ ਤੂੰ ਤਾਂ ਸਿੱਧਾ ਰੱਖ ਕੈਮਰਾ ਨਸ਼ਾ ਕੈਸਾ ਤੇਰਾ ਖੁੱਲੇ ਤਸਮੇ ਵਰਗਾ ਮੂੰਹ ਕੈਮਰਾ ਚੱਲਣ ਡਿਆ ਐ ਦੇਖੋ ਉਹ ਇੱਧਰ ਮਾਰ ਇੱਧਰ ਕੈਮਰਾ ਮਾਰ ਵਾਹ ਰੇ ਵਾਹ ਕੈਮਰਾ ਚੱਲ ਰਿਹਾ ਹੈ ਹਾਂਜੀ ਛੋਟੀ ਸ਼ਰਟ ਦੀ ਜੇਬ ਹੁੰਦੀ ਹੈ ਛੋਟੀ ਸ਼ਰਟ ਦੀ ਜੇਬ ਹੁੰਦੀ ਆ ਰਹੀ ਜੁਗਤ ਕਿ ਨਹੀਂ ਇਹ ਤੂੰ ਨਹੀਂ ਆ ਰਹੀ ਰੁਕ ਗਈ ਰੁਕ ਗਈ ਰੁਕ ਗਈ ਅੱਛਾ ਕੋਈ ਗੱਲ ਨਹੀਂ ਮੈਂ ਕਹਿਣ ਲੱਗਾ ਸਾਂ ਵੀ ਸਵੇਰੇ ਮਾਰਕੀਟ ਖੁੱਲੇਗੀ 10 ਵਜੇ ਮੈਨੂੰ ਜੁਗਤਾ ਮਿਲ ਜਾਣਗੇ ਸਵੇਰੇ ਕਿਹੜੀ ਮਾਰਕੀਟ ਚੋਂ ਡਿਊਟੀ ਫ੍ਰੀ ਚੋਂ ਕਿ ਬਲਾਲਗੰਜ ਚੋਂ ਵਾਹ ਜੀ ਵਾਹ ਮਾੜੇ ਜਿਹੇ ਹੋਟਲ ਦਾ ਸਾਬਣ ਹੁੰਦਾ ਸਾਬਣ ਤੇ ਰੱਖਣ ਵਾਲੀ ਇੱਟ ਹੁੰਦੀ ਇੱਟ ਮਾਰਨੀ ਮੈਂ ਤੇਰੇ ਸਿਰ 'ਚ ਹੈ ਤੇ ਸੱਪ ਸੁੱਪ ਤੇਰੇ ਇੱਧਰ ਉੱਧਰ ਹੋ ਜਾਣੇ ਦੱਸਾਂ ਮੈਂ ਆਪ ਜੁਗਤਾਂ ਤੁਸੀਂ ਕਰ ਦਿਓ ਤੇ ਅਸੀਂ ਨਾ ਜੁਗਤਾਂ ਕਰੀਏ ਜੁਗਤਾਂ ਕਰੀਏ ਜੁਗਤਾਂ ਕਰੀਏ ਹੱਦ ਹੋ ਗਈ ਹੈ ਅੱਛਾ ਹੈ ਗਰਮ ਹੈ ਗਰਮ ਹੈ ਗਰਮ ਹੈ ਹਾਂ ਗਰਮ ਹੈ ਸਾਲਨ ਗਰਮ ਕਰ ਲਾ ਜੋਗੀ ਸਾਧੂ ਸੰਤ ਫਕੀਰ ਹਾਂ ਬਾਬੇ ਪਹੁੰਚੇ ਬਾਬੇ ਹੈ ਬਾਬੇ ਨੇ ਆਪਣੇ ਜਾਦੂ ਪੂਣੇ ਕੇ ਸਾਥ ਬੜੀ ਬੜੀ ਮੁਸ਼ਕਲੋਂ ਕੇ ਹੱਲ ਨਿਕਾਲੇ ਹੈ ਸਹੀ ਦੱਸ ਬਾਬਾ ਯੈਸ ਬਾਬੇ ਜੋਗੀ ਸਾਧੂ ਸੰਤ ਫਕੀਰ ਬੋਲੇ ਆਪਕੇ ਦਿਲ ਕੀ ਤਮੰਨਾ ਕਿਆ ਹੈ ਬਾਬੇ ਆਪ ਜੋ ਕਹੇਂਗੇ ਵੋ ਬਣਾ ਕੇ ਦਿਖਾਏਂਗੇ ਵਾਕਈ ਹਾਂ ਪੂਰੀ ਹੋ ਜਾਏਗੀ ਯੈਸ
ਅੱਜ ਤੱਕ ਕਿਸੇ ਨੇ ਵਾਅਦਾ ਪੂਰਾ ਕੀਤਾ ਤਾਂ ਨਹੀਂ ਜੋਗੀ ਵੇਖੋ ਵਾਹ 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 ਜੋ ਮਰਜ਼ੀ ਮੰਗਾ ਜੇ ਮੈਂ ਵਾਅਦਾ ਪੂਰਾ ਕਰ ਦਿੱਤਾ ਤੇ ਫਿਰ ਅਗਲਾ ਪ੍ਰਾਈਮ ਮਿਨਿਸਟਰ ਮੈਂ ਹੀ ਆ ਵੈਸੇ ਕਿਹਾ ਜੋਗੀ ਬਾਦਸ਼ਾਹ ਜੀ ਅੱਲਾ ਬਾਦਸ਼ਾਹ ਜੇ ਤੂੰ ਕੁਛ ਕਰ ਹੀ ਸਕਣਾ ਹੈ ਤੂੰ ਮੈਨੂੰ ਦੋ ਕਨਾਲ ਦਾ ਮਕਾਨ ਲੈ ਦੇ ਇਹ ਜੋਗੀ ਸਾਧੂ ਸੰਤ ਫਕੀਰ ਹਾਂ ਬਾਬੇ ਪਹੁੰਚੇ ਬਾਬੇ ਹਾਂ ਬਾਬੇ ਨੇ ਆਪਣੇ ਜਾਦੂ ਟੂਣੇ ਕੇ ਸਾਥ ਬੜੀ ਬੜੀ ਮੁਸ਼ਕਿਲ ਕਾਲ ਨਿਕਾਲੇ ਹੈ ਇਹ ਤੋਂ ਬਾਅਦ ਹੀ ਕੋਈ ਨਹੀਂ ਆਪਕੋ ਦੋ ਕਨਾਲ ਕਾ ਘਰ ਚਾਹੀਏ ਬਾਬੇ ਅਭੀ ਆਪਕੋ ਯਹਾਂ ਇਸੀ ਟੇਬਲ ਕੇ ਉੱਪਰ ਦੋ ਕਨਾਲ ਕਾ ਘਰ ਬਣਾ ਕੇ ਦਿਖਾ ਦੇ ਤੂੰ ਮਾਨੋ ਜੋਗੀ ਆ ਤੇਰੇ ਕਮਾਲ ਹੈ ਇਹ ਨਾਲ ਦੇ ਦੀ ਜਗ੍ਹਾ ਹੈ ਇੱਥੇ ਕਿਤੇ ਬਣਾ ਲਗੇ ਹੋ ਨਾਲ ਦੇ ਵਿੱਚ ਹੱਦ ਹੋ ਗਈ ਹੈ ਬਾਬਾ ਨਾਲ ਦਿਆਂ ਦੀ ਜਗ੍ਹਾ ਇੱਧਰ ਵਾਲੀ ਹੈ ਇੱਧਰ ਵਾਲੀ ਜਿਹੜੀ ਨੀ ਆ ਤਾਂ ਉੱਧਰ ਇੱਥੇ ਬਣਾ ਦਿਓਗੇ ਘਰ ਇਹ ਜਿਹੜਾ ਖਾਲੀ ਪਲਾਟ ਹੈ ਪੂਰਾ ਦੋ ਕਨਾਲ ਦਾ ਇਹ ਦੇਖੋ ਜਰਾ ਚੈੱਕ ਕਰੋ ਹਾਂਜੀ ਇਹਦਾ ਬੰਦੇ ਕਿਹੜੇ ਫਿਰਨ ਦੇ ਵਿੱਚ ਇਹਦਾ ਮੱਥਾ ਚੈੱਕ ਆ ਬੰਦੇ ਕੱਢੋ ਇਹ ਕੌਣ ਇਹ ਜਗ੍ਹਾ ਕੌਣ ਇਹ ਪਰਤੀ ਪਾਣ ਵਾਲੇ ਨੇ ਪਰਤੀ ਪਾਣ ਵਾਲੇ ਨੇ ਜਗ੍ਹਾ ਨੀਵੀਂ ਹੈ ਨਾ ਥੋੜੀ ਅੱਛਾ ਇਹ ਪਰਤੀ ਪਾਣਗੇ ਇੱਥੇ ਚਲੋ ਠੀਕ ਹੈ ਦੋ ਕਨਾਲ ਦਾ ਮਕਾਨ ਬਣਾਓ ਜੀ ਦੇਖੇ ਫਿਰ ਜਰਾ ਦੇਖਤੀ ਆਂਖੋਰ ਸੁਣਤੇ ਕਾਨੋ ਕੇ ਸਾਹਮਣੇ ਜੋਗੀ ਸਾਧੂ ਸੰਤ ਫਕੀਰ ਦੋ ਕਨਾਲ ਕਾ ਘਰ ਬਣਾਣੇ ਜਾ ਰਿਹਾ ਹੈ ਇਹ ਜਿਹੜਾ ਪੰਚੌੜ ਚ ਪੰਜ ਜਟਪਨ ਤੁਮ ਤੜਾਕ ਛੁੰ ਛੜਾਕ ਆ ਇਹ ਦੋ ਕਨਾਲ ਦੇ ਘਰ ਬਣ ਜਾਂਦੇ ਤੇ ਹੁਣ ਤੱਕ 50 ਲੱਖ ਨਾ ਬਣੇ ਹੁੰਦੇ ਬਾਬਾ ਰੋਟੀ ਨਾ ਵੀ ਖਾਵੇ ਬਾਬਾ ਫਿਰ ਵੀ ਰੱਜਿਆ ਰਹਿੰਦਾ ਪੁੱਛੋ ਕਿਉਂ ਬਾਬੇ ਨੇ ਬੇਈਮਾਨੀ ਨੀ ਕਰਨੀ ਹੁੰਦੀ ਹੈ ਕਿ ਨਹੀਂ ਆਹ ਮੁਝੇ ਇਹ ਬਤਾਏ ਬਾਤ ਪੇ ਜ਼ਰਾ ਆ ਜਾਤੇ ਹੈ ਕਿੰਨੀ ਦੇਰ ਹੋ ਗਈ ਕੰਮ ਕਰਦੇ ਹਾਂ 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 ਮੋਟਰਸਾਈਕਲ ਦਾ ਸਾਈਡ ਮਿਰਰ ਹੋਣਾ ਆ ਹਾਂ 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 ਥੱਲਾ ਫੁੱਟਰਸ ਹੁੰਦਾ ਇਹ ਤੈਨੂੰ ਫਾਇਦਾ ਹੈਗਾ ਤੇ ਤੂੰ ਆਪਣੀ ਗੱਲ ਤੇ ਆਪੇ ਤਾੜੀਆਂ ਮਾਰ ਲੈਣਾ ਹੈ ਔਰ ਚਾਂਦਰਾ ਮੈਨੇ ਸੁਣਾ ਅੱਜ ਤੁਹਾਡੀ ਸਾਲਗਿਰਾ ਯੈਸ ਲੋਕਾਂ ਦੀ ਖਿਦਮਤ ਕਰਨਾ ਹੀ ਕਾਮ ਹੈ ਅਸਲ ਮੇਂ ਅੱਲਾ ਹੁ ਤੋ ਸਾਲਗਿਰਾ ਤੋ ਫਿਰ ਕੇਕ ਤੋ ਹੋਣਾ ਚਾਹੀਏ ਬਿਲਕੁਲ ਬੜੀ ਖੁਸ਼ੀ ਹੋਈ ਤੁਹਾਡੀ ਚਾਂਦ ਤੁਹਾਡੀ ਅੱਜ ਸਾਲਗਿਰਾ ਹੈ ਇਹਦਾ ਮਤਲਬ ਕਿ ਤੁਸੀਂ ਬਾਬਿਆਂ ਵਾਸਤੇ ਕੋਈ ਕੇਕ ਵੀ ਮੰਗਾ ਕੇ ਰੱਖਿਆ ਹੈਪੀ ਬਰਥਡੇ ਟੂ ਯੂ ਇਹ ਕਹਤੇ ਹੈ ਕੇਕ ਜ਼ਰਾ ਆ ਜੇ ਅੱਛਾ ਕੇਕ ਮੈਂ ਲਾਇਆ ਹਾਂ ਅਰੇ ਵਾਹ ਆਪਣੇ ਪੱਲੇ ਸੇ ਅਰੇ ਵਾਹ 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 ਇਹ ਹੈ ਗ੍ਰੇਟ ਉਸਤਾਦ ਗ੍ਰੇਟ ਅਮਾਨਤ ਚੰਦ ਜੋ ਮੇਰੇ ਲਈ ਕੇਕ ਵੀ ਲੈ ਕੇ ਆਇਆ ਕਿਉਂਕਿ ਜੋਗੀ ਸਾਧੂ ਸੰਤ ਫਕੀਰ ਅੱਜ ਕੇ ਦਿਨ ਪੈਦਾ ਹੋਏ ਥੇ ਨਾ ਬਾਬੇ ਕੀ ਕਹੋਗੇ ਅੱਜ ਦੇ ਦਿਨ ਦੇ ਵਾਲੇ ਹੈਪੀ ਬਰਥਡੇ ਟੂ ਯੂ ਚਾਂਦਰਾਲ ਹੈਪੀ ਬਰਥਡੇ ਟੂ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਤਾਲੀਆਂ ਬਈ ਕੇਕ ਵਾਲੇ ਕੋ ਮੈਨੇ ਪੈਸੇ ਦੀਏ ਥੇ ਅੱਛਾ ਦੇਖੋ ਕਿਤੇ ਖਾ ਨਾ ਗਿਆ ਹੋਵੇ ਪੈਸੇ ਨਾ ਖਾ ਗਿਆ ਹੋਵੇ ਕੇਕ ਲਿਆਇਆ ਨੀ ਯਾਰ ਉਹ ਸਮਝ ਨਹੀਂ ਆ ਰਹੀ ਕਦੋਂ ਆਇਆ ਕੇਕ ਨਾ ਕਹਦੇ ਕਿ ਬੇਕਰੀ ਬੰਦ ਸੀ ਓ ਆਈ ਗਏ ਉਹ ਆ ਲੋ ਲੈ ਵਾ 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 ਵੈਰੀ ਗੁੱਡ ਯਾਰ ਕੀ ਹਾਲ ਹੈ ਕੇਕ ਲੈਣ ਤੇ ਤੁਸੀਂ ਟੌਮ ਕਰੂਜ਼ ਨੂੰ ਭੇਜ ਦਿੱਤਾ ਸੀ ਉਹ ਬਸ ਇਹ ਹੀ ਫਿਰ ਰਿਹਾ ਸੀ ਮੈਂ ਕਿਹਾ ਜਾ ਤੂੰ ਆਇਆ ਉਹ ਇਹ ਤਾਂ ਛੁਰੀ ਬੱਕਰਾ ਲਾਲ ਕਰਨ ਵਾਲੀ ਲੈ ਤੇ ਫਿਰ ਕਰ ਲਿਆ ਮੈਂ ਉਹ ਇਹ ਬੱਕਰਾ ਨਹੀਂਗਾ ਯਾਰ ਹੱਥ ਲਾ ਕੇ ਕਰ ਦੇਣਾ ਵਾ ਚਲੋ ਜੀ ਹੁਣ ਜਿਹੜੀ ਵੀ ਛੁਰੀ ਆ ਗਈ ਖੁਸ਼ੀ ਦਾ ਕੰਮ ਹੈਗਾ ਥੈਂਕ ਯੂ ਸਰ ਲਓ ਜੀ ਹੈਪੀ ਬਰਥਡੇ ਟੂ ਆਉਂਦਾ ਤੈਨੂੰ ਚਲੋ ਜੀ ਬਿਸਮਿਲ੍ਲਾ ਚਾਂਦ ਇੱਧਰ ਹੱਥ ਲਿਆ ਥੈਂਕ ਯੂ ਸਰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਨਹੀਂ ਬਾਕੀ ਸਾਰਾ ਮੈਂ ਖਾਵਾਂਗਾ ਅਗਲੇ ਪ੍ਰੋਗਰਾਮ ਚ ਪਟਾਰੀ ਚ ਤੂੰ ਵੀ ਨਿਕਲਾਂਗਾ ਪੁੱਤਰ ਤੂੰ ਬੜੀ ਮੁਸ਼ਕਿਲ ਨਾਲ ਫੜਿਆ ਗਿਆ ਲੋਕੀ ਤੈਨੂੰ ਕਹਿੰਦੇ ਸਨ ਤੇਰੇ ਕੋਲ ਦੂਆ ਨੀ ਫੜਿਆ ਜਾਂਦਾ ਤੈਨੂੰ ਪਾਕ ਟੀਵੀ ਦਾ ਵਾਸਤਾ ਮੈਨੂੰ ਛੱਡ ਦੇ ਮੈਨੂੰ ਪਾਕ ਟੀਵੀ ਦੇ ਵਾਸਤੇ ਤੂੰ ਜਿੰਨੇ ਮਰਜ਼ੀ ਦੇ ਪਾਕ ਟੀਵੀ ਵਾਲਿਆਂ ਨੇ ਮੈਨੂੰ ਕਿਹਾ ਇਹਨੂੰ ਵਾਸਤਿਆਂ ਦੇ ਬਾਵਜੂਦ ਵੀ ਨਹੀਂ ਛੱਡਣਾ ਬੜੀ ਖੁਸ਼ੀ ਹੋਈ ਕਿ ਤੂੰ ਚੈਨਲ ਬਣਾਇਆ ਹੈ ਇਹ ਪਾਕ ਟੀਵੀ.tv ਹੈ ਪਾਕ ਟੀਵੀ.tv ਯੈਸ
paktv.tv वाह paktv.tv और उस पे आ रहा है जोगी बाबा शो और जोगी बाबा शो में आए हैं अमानत चन अरे दीवान एंड ओनली अमानत चन मैं तो समझा था ऐसे आया मैं तो प्रोग्राम में आया हूं अच्छा गुड लक ओके जोगी बाबा चांद्राल ओके अल्लाह मियां आपके चैनल को कामयाब करे थैंक यू सो मच गुड लक चैनल को सब्सक्राइब करें paktv.tv को सब्सक्राइब करें इसको लाइक करें शेयर करें और बेल के बटन को दबाएं ताकि नई आने वाली वीडियो आप तक सबसे पहले पहुंचे और आप ऐसी ही किसी पर्सनालिटी को मेरे साथ फिर देखें paktv.tv सब्सक्राइब ऐसे share. ऐसे घूमता फिरूंगा paktv.tv हेलो बस भाई paktv.tv Park TV. Hello. Dot TV. Okay. Park TV. Hello. Dot TV. Hello. Bye bye.